1947 ਤੋਂ ਲੈ ਕੇ ਕਾਂਗਰਸ ਤੇ ਅਕਾਲੀਆਂ ਨੇ ਲੁੱਟਿਆ, ਰੱਜ ਕੇ ਲੁੱਟਿਆ। ਕਹਿੰਦੇ ਪੰਜਾਬ ਸੋਨੇ ਦੀ ਚਿੜੀਆਂ, ਸੋਨੇ ਦੀ ਚਿੜੀਆਂ ਪੈਰ ਵੀ ਖਾ ਗਏ। ਲੋਕ ਇੰਨੇ ਤਪੇ ਹੋਏ ਤੇ ਕਿਸੇ ਚੀਜ਼ ਦਾ ਅੰਤ ਹੁੰਦਾ ਅੰਤ ਹੋ ਗਿਆ। ਹੁਣ ਇਹ 100 ਸਾਲ ਤੱਕ ਨਹੀਂ ਆ ਸਕਦੇ। ਹੁਣ ਆਪਣੀ ਬੱਲੇ ਬੱਲੇ ਆ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਪਹਿਲਾਂ ਬੰਦ ਕਰੂ, ਤਹਿਸੀਲਦਾਰਾਂ ਦੇ ਵਿੱਚ ਪੁਲਿਸ ਥਾਣਿਆਂ ਦੇ ਵਿੱਚ ਪਟਵਾਰੀਆਂ ਦੇ ਵਿੱਚ ਜਿਹੜੀ ਰਿਸ਼ਵਤ ਚੱਲਦੀ ਹੈ ਉਸ ਨੂੰ ਬੰਦ ਕਰੂ, ਰੁਜ਼ਗਾਰ ਦਊ ਬੱਚਿਆਂ ਨੂੰ। ਇੱਕ ਨਵਾਂ ਪੰਜਾਬ। ਸੀਆ ਜੀ, ਪੂਰਾ ਪੰਜਾਬ ਮੰਨ ਲਓ ਪੂਰੇ ਪੰਜਾਬ ਨੇ ਝਾੜੂ ਫੇਰਤਾ, ਅਤੇ 70-75 ਸਾਲ ਹੋ ਗਏ ਤੇ ਰਵਾਇਤੀ ਪਾਰਟੀਆਂ ਨੂੰ, ਅੱਜ ਪੂੰਝਾ ਫੇਰਤਾ ਉਹਨਾਂ ਦਾ। ਅਤੇ ਅੱਜ ਦਾ ਦਿਨ ਬਹੁਤ ਵਧੀਆ ਦਿਨ ਆ, ਲੋਕਾਂ ਦੀ ਜ਼ਿੰਦਗੀ ਸੌਖੀ ਹੋਣ ਜਾ ਰਹੀ ਆ। ਅੱਜ ਲੀਡਰ ਹਾਰੇ ਨੇ, ਲੋਕ ਜਿੱਤੇ ਨੇ।